ਮੈਂ ਦਵਿੰਦਰ ਬੰਬੀਹਾ ਜਾਂ ਬਹੁਤ ਯੰਗ ਉਮਰ ਦਾ ਸੀਗਾ। ਮੈਂ ਤੁਹਾਨੂੰ ਇੰਟਰਸਟਿੰਗ ਗੱਲ ਸੁਣਾਉਣਾ, ਦਵਿੰਦਰ ਬੰਬੀਹਾ ਦੇ ਨਾਲ ਮੇਰਾ ਇੰਟਰਵਿਊ ਵੀ, ਮਤਲਬ ਸਾਰੀਆਂ ਗੱਲਾਂ ਵੀ ਹੋ ਰਹੀਆਂ ਸੀਗੀਆਂ। ਮੈਨੂੰ ਕਿਹਾ ਮੈਂ ਤੇਰੀ ਮਾਂ ਕੋਲ ਜਾ ਕੇ ਆਇਆ, ਤੈਨੂੰ ਤੇਰੀ ਮਾਂ ਨਹੀਂ ਯਾਦ ਆਉਂਦੀ? ਉਹ ਬੰਦਾ ਰੋ ਪਿਆ, ਲਿਟਰਲੀ ਰੋਣ ਲੱਗ ਗਿਆ ਉਹ ਬੰਦਾ। ਉਹਦਾ ਮੂਡ ਖਰਾਬ ਹੋ ਗਿਆ, ਮਤਲਬ ਉਹਦਾ, ਮਤਲਬ ਇੱਕ ਤਰ੍ਹਾਂ ਦਾ ਉਹ ਕਹਿੰਦਾ ਵੀ ਬਸ ਮੈਂ ਇੰਟਰਵਿਊ ਨਹੀਂ ਕਰਨਾ। ਇਹ ਵੀ ਪੰਜਾਬ 'ਚ ਕਿਤੇ ਇੰਟਰਵਿਊ ਹੋ ਰਿਹਾ ਸੀਗਾ, ਅਤੇ ਉਦਣ ਵੀ ਮੈਨੂੰ ਡਰ ਲੱਗ ਰਿਹਾ ਸੀਗਾ, ਹੈ ਨਾ। ਉਦਣ ਵੀ ਮੈਨੂੰ ਡਰ ਲੱਗਿਆ ਸੀ, ਮੇਰੇ 'ਚ ਅਸੀਂ ਫੋਨ ਸਿੱਟ ਕੇ ਗਏ ਸੀ, ਸਿੱਧੀ ਗੱਲ ਕਰੀਏ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ ਤੇ ਫੇਸਬੁੱਕ ਪੇਜ ਤੇਜਪ੍ਰੀਤ ਟਾਕ ਤੇ। ਜਿੱਦਾਂ ਕਿ ਤੁਸੀਂ ਪਿਛਲੇ ਐਪੀਸੋਡ ਦੇਖੇ ਆਗੇ, ਮੈਂ ਰਣਜੀਤ ਸੇਵੇਵਾਲੀਆ ਦੀ ਗੱਲ ਕੀਤੀ, ਰਣਜੀਤ ਸੇਵੇਵਾਲੇ ਦੀ ਬਾਅਦ ਦਵਿੰਦਰ ਬੰਬੀਹੇ ਦੀ ਗੱਲ ਕੀਤੀ। ਦਵਿੰਦਰ ਬੰਬੀਹਾ ਕਿਵੇਂ ਦਵਿੰਦਰ ਸਿੱਧੂ ਤੋਂ ਦਵਿੰਦਰ ਬੰਬੀਹਾ ਬਣਦਾ ਹੈਗਾ। ਹੁਣ ਮੈਂ ਤੁਹਾਨੂੰ ਇਸ ਐਪੀਸੋਡ ਦੇ ਵਿੱਚ ਦਵਿੰਦਰ ਬੰਬੀਹੇ ਦੀ ਉਹ ਕਹਾਣੀ ਸੁਣਾਊਂਗਾ ਜਦੋਂ ਉਹਨੇ ਆਪਣੇ ਹੱਥੀਂ ਕ੍ਰਾਈਮ ਕੀਤਾ। ਤੇ ਤੁਸੀਂ ਸ਼ੇਅਰ ਜ਼ਰੂਰ ਕਰਿਓ, ਲਾਈਕ ਕਮੈਂਟ ਕਰਿਓ, ਕਿਉਂਕਿ ਮੇਰੀ ਕਹਾਣੀ ਬਣਾਉਣ ਦਾ ਮਤਲਬ ਹੁੰਦਾ ਹੈਗਾ ਵੀ ਇਸ ਦੇ ਵਿੱਚ ਕੋਈ ਨਾ ਕੋਈ ਚੰਗਾ ਮੈਸੇਜ ਆਪਾਂ ਤੁਹਾਡੇ ਸਾਹਮਣੇ ਰੱਖ ਸਕੀਏ। ਰਾਜੇ ਜਿਉਣ ਵਾਲੇ ਦੇ ਕਤਲ ਤੋਂ ਬਾਅਦ ਜਦੋਂ ਦਵਿੰਦਰ ਜੇਲ੍ਹ ਜਾਂਦਾ, ਜੇਲ੍ਹ ਕੱਟਣੀ ਉਹਨੂੰ ਬਹੁਤ ਔਖੀ ਲੱਗਦੀ ਆ। ਜੇਲ੍ਹ ਦੇ ਦਿਨਾਂ ਚ ਤੰਗ ਆ ਕੇ ਇੱਕ ਵਾਰ ਉਹਨੇ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਬਚ ਜਾਂਦਾ। ਬਚਣ ਤੋਂ ਬਾਅਦ ਜਿਹੜੇ ਜਿਹੜੇ ਬੰਦੇ ਉਹਦਾ ਸਮਾਂ ਲੰਘਾਉਂਦੇ ਆ ਜੇਲ੍ਹ ਦੇ ਵਿੱਚ, ਮੈਂ ਬਿਲਕੁਲ ਸਿੰਪਲ ਤਰੀਕੇ ਨਾਲ ਗੱਲਾਂ ਦੱਸੂਗਾ। ਜਿਹੜੇ ਬੰਦੇ ਦਾ ਜੇਲ੍ਹ ਦੇ ਵਿੱਚ ਦਵਿੰਦਰ ਸ਼ੈਂਪੂ ਤੱਕ ਵੀ ਯੂਜ਼ ਕਰਦਾ ਗਾ, ਉਹ ਹਰ ਉਸ ਬੰਦੇ ਨੂੰ ਗੱਲ ਕਹਿਣਾ ਹੁੰਦਾ ਕੋਈ ਨਾ ਵੀ ਹੁਣ ਮੇਰੀ ਜ਼ਿੰਦਗੀ ਯਾਰੀਆਂ ਦੇ ਨਾਂ ਆ, ਮੈਂ ਤੇਰੀ ਯਾਰੀ ਦਾ ਇੱਕ ਨਾ ਇੱਕ ਦਿਨ ਜ਼ਰੂਰ ਮੁੱਲ ਪਾਊਂਗਾ। ਵੀ ਉਹ ਇੰਨਾ ਸਿੰਪਲ ਤੇ ਇੰਨਾ ਸਿੱਧਾ ਹੁੰਦਾ, ਉਹਨੂੰ ਆਪ ਨੂੰ ਵੀ ਨਹੀਂ ਪਤਾ ਹੁੰਦਾ ਵੀ ਮੇਰੀ ਜ਼ਿੰਦਗੀ ਦੇ ਟਰਨਿੰਗ ਪੁਆਇੰਟ ਨੇ ਕਿੱਥੇ ਜਾ ਕੇ ਰੁਕਣਾਗਾ। ਤੇ ਮੈਂ ਜਿਵੇਂ ਤੁਹਾਨੂੰ ਰਣਜੀਤ ਸੇਵੇਵਾਲਾ ਦੀ ਕਹਾਣੀ ਦੇ ਵਿੱਚ ਦੱਸਿਆ ਸੀਗਾ ਵੀ ਗੁਰਬਖਸ਼, ਬੰਟੀ, ਸਰਨੀ ਹੁਣੇ ਵੀ ਜੇਲ੍ਹ ਚ ਜਾਂਦੇ ਆ, ਤੇ ਦਵਿੰਦਰ ਵੀ ਇਧਰੋਂ ਜੇਲ੍ਹ ਦੇ ਵਿੱਚ ਹੁੰਦਾ, ਤੇ ਦਵਿੰਦਰ ਦੀ ਮੁਲਾਕਾਤ ਹੁੰਦੀ ਆ ਬੰਟੀ ਨਾਲ। ਜਦੋਂ ਬੰਟੀ ਨਾਲ ਦਵਿੰਦਰ ਦੀ ਮੁਲਾਕਾਤ ਹੁੰਦੀ ਆ, ਬੰਟੀ, ਸਰਨੀ, ਗੁਰਬਖਸ਼ ਉਹਨਾਂ ਨੇ ਸਹੁੰ ਪਾਈ ਹੁੰਦੀ ਆ ਵੀ ਅਸੀਂ ਰਣਜੀਤ ਦਾ ਬਦਲਾ ਇੱਕ ਸਾਲ ਦੇ ਅੰਦਰ ਅੰਦਰ ਲੈਣਾ ਗਾ। ਜਦੋਂ ਇਹ ਗੱਲ ਦਵਿੰਦਰ ਬੰਬੀਹੇ ਨੂੰ ਪਤਾ ਲੱਗਦੀ ਹੈ, ਜਾਣੀ ਕਿ ਦਵਿੰਦਰ ਸਿੱਧੂ ਨੂੰ, ਤਾਂ ਉਹ ਬੰਟੀ ਨੂੰ ਹਾਮੀ ਭਰਦਾ ਗਾ ਵੀ ਮੈਂ ਬਦਲਾ ਤੁਹਾਡੇ ਨਾਲ ਦਵਾਊਂਗਾ। ਦਵਿੰਦਰ ਬੰਬੀਹੇ ਦੀ ਟੀਨੇਜ ਦੇਖ ਕੇ ਕਈ ਲੋਕਾਂ ਨੂੰ ਇਹ ਸਵੀਅਰ ਕਹੀ ਜਾਂਦਾ ਗਾ ਕੁਛ ਕਰੂਗਾ ਜਾਂ ਨਾ ਕਰੂਗਾ। ਬੰਟੀ ਦੇ ਕਾਰਨ ਹੀ ਦਵਿੰਦਰ, ਸ਼ਰਨੀ ਤੇ ਗੁਰਬਖਸ਼ ਰੂਪੇ ਰਮਾਣੇ ਉਹਨਾਂ ਨੂੰ ਮਿਲਦਾ ਹੈਗਾ। ਹੋਰ ਵੀ ਦਵਿੰਦਰ ਦੇ ਸੱਜਣ ਬਣਦੇ ਆ ਜੇਲ੍ਹ ਦੇ ਵਿੱਚ, ਜਿਹਨਾਂ ਦਾ ਮੈਂ ਇੱਕ ਐਪੀਸੋਡ ਅੱਗੇ ਬਣੂਗਾ, ਕਹਾਣੀ ਬੜੀ ਲੰਬੀ ਹੋਣੀ ਆ, ਜਿਹਨਾਂ ਦੇ ਵਿੱਚ ਮੈਂ ਗੁਰਨੈਬ ਦਾ ਵੀ ਜ਼ਿਕਰ ਕਰੂੰਗਾ। ਜੇਲ੍ਹ ਦੇ ਵਿੱਚ ਦਵਿੰਦਰ ਬੰਬੀਹਾ ਦੀ ਧਰੂ ਦੌਦਰ ਨਾਲ ਲੜਾਈ ਹੁੰਦੀ ਹੈ। ਦਵਿੰਦਰ ਧਰੂ ਦੌਦਰ ਦੇ ਸਿਰ ਦੇ ਵਿੱਚ ਤਵਾ ਮਾਰਦਾ, ਪਰ ਬਹੁਤ ਲੋਕਾਂ ਦਾ ਕਹਿਣਾ ਗਾ ਵੀ ਉਸ ਟਾਈਮ ਦਵਿੰਦਰ ਨੇ ਇੱਟ ਮਾਰੀ ਸੀ, ਪਰ ਜਿਹੜੇ ਪੁਖਤਾ ਸੋਰਸ ਜੇਲ੍ਹ ਦੇ ਵਿੱਚ ਕੁਝ ਬੰਦੇ ਸੀਗੇ ਜਿਹਨਾਂ ਨਾਲ ਸਾਡਾ ਸੰਪਰਕ ਹੋਇਆ, ਉਹ ਦੱਸਦੇ ਆ ਵੀ ਤਵਾ ਦਵਿੰਦਰ ਨੇ ਧਰੂ ਦੇ ਮਾਰਿਆ ਸੀ, ਜਿਸ ਕਾਰਨ ਧਰੂ ਕੌਮਾਂ ਚ ਚਲਿਆ ਗਿਆ ਸੀਗਾ। ਤੇ ਦੌਦਰ ਦਾ ਇੱਕ ਮੁੰਡਾ ਹੋਰ ਸੀਗਾ, ਉਸਦਾ ਨਾਮ ਵੀ ਦਵਿੰਦਰ ਸੀਗਾ, ਦਵਿੰਦਰ ਬੰਬੀਹੇ ਦੇ ਨਾਲ ਹੀ। ਉਸ ਤੋਂ ਬਾਅਦ ਇਹੀ ਗੁੱਸੇ ਦੇ ਵਿੱਚ ਆ ਕੇ ਧਰੂ ਨੇ ਉਹ ਦੌਦਰ ਵਾਲੇ ਮੁੰਡੇ ਤੇ ਅਟੈਕ ਕਰਵਾਤਾ ਸੀ। ਜੇਲ੍ਹ ਵਿੱਚ ਪੂਰੀ ਤਰ੍ਹਾਂ ਦਵਿੰਦਰ ਆਪਣੇ ਆਪ ਨੂੰ, ਭਾਵ ਉਹਦੀ ਜ਼ਿੰਦਗੀ ਦੇ ਵਿੱਚੋਂ ਡਰ, ਪਿੱਛੇ ਆਪਦੇ ਪਰਿਵਾਰ ਦਾ ਫਿਕਰ, ਇਹ ਚੀਜ਼ਾਂ ਖਤਮ ਹੋ ਜਾਂਦੀਆਂ ਨੇਗੀਆਂ। ਉਧਰੋਂ ਗੁਰਬਖਸ਼ ਉਹਨਾਂ ਦੀ ਜਿਹੜੀ ਸਹੁੰ ਖਾਧੀ ਹੁੰਦੀ ਆ, ਉਹਨਾਂ ਦੀ ਜਮਾਨਤ ਹੋ ਜਾਂਦੀ ਹੈਗੀ ਵੀ ਅਸੀਂ ਰਣਜੀਤ ਦਾ ਬਦਲਾ ਲੈਣਾ ਗਾ, ਕਿਉਂਕਿ ਕੋਈ ਪਰਚਾ ਉਹ ਬੜਾ ਵੱਡਾ ਨਹੀਂ ਸੀਗਾ, ਉਹ ਲੜਾਈ ਦਾ ਪਰਚਾ ਹੀ ਸੀਗਾ ਇੱਕ, ਜਿਹੜਾ ਪਿੰਡ ਵਾਲਿਆਂ ਨਾਲ ਹੁੰਦਾ। ਹੁਣ ਗੁਰਬਖਸ਼ ਤੇ ਬੰਟੀ ਸਰਨੀ ਉਹਨਾਂ ਕੋਲ ਜਿੰਨੇ ਸੋਰਸ ਹੁੰਦੇ ਆਗੇ ਵੀ ਅਸੀਂ ਬਦਲਾ ਕਿਹੜੇ ਹਿਸਾਬ ਨਾਲ ਲੈਣਾ, ਇਹ ਅਸਲਾ ਲਿਆਉਂਦੇ ਆਗੇ, ਕਿਉਂਕਿ ਗੁਰਬਖਸ਼ ਦਾ
ਕ੍ਰਿਮੀਨਲ ਰਿਕਾਰਡ ਬਿਲਕੁਲ ਵੀ ਨਹੀਂ ਸੀ ਗੁਰਬਖਸ਼ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕਬੱਡੀ ਖੇਡਦਾ ਸੀਗਾ ਰਣਜੀਤ ਦਾ ਸੁਪਨਾ ਸੀਗਾ ਵੀ ਮੇਰਾ ਭਰਾ ਕਬੱਡੀ ਦੀ ਲਾਈਨ ਦੇ ਵਿੱਚ ਕਿਸੇ ਵਧੀਆ ਦੇਸ਼ ਦੇ ਵਿੱਚ ਸੈੱਟ ਹੋਵੇ ਜਾ ਕੇ ਵਧੀਆ ਭਵਿੱਖ ਆਪਦਾ ਬਣਾਵੇ ਉਹ ਇਹ ਅਸਲਾ ਖਰੀਦਿਆ ਸੋਰਸਾਂ ਦੁਆਰਾ ਆਪਦੇ ਪਰ ਅਸਲਾ ਇਹਨਾਂ ਨੂੰ ਖਰਾਬ ਨਿਕਲ ਜਾਂਦਾ ਗਾ ਅਸਲਾ ਉਹਨਾਂ ਦਿਨਾਂ ਚ ਦਵਿੰਦਰ ਪੇਸ਼ੀ ਤੋਂ ਭੱਜਦਾ ਗਾ ਪੇਸ਼ੀ ਤੋਂ ਭਜਾਉਣ ਵਾਲੇ ਹੁੰਦੇ ਆ ਕਿ ਦਵਿੰਦਰ ਬੰਬੀਹੇ ਨੂੰ ਪਹਿਲੀ ਵਾਰ ਕਿਰਪਾਲ ਤਲਵੰਡੀ ਤੇ ਕੀਪਾ ਬੱਧਨੀ ਮੋਟਰਸਾਈਕਲ ਤੇ ਹੀ ਦਵਿੰਦਰ ਬੰਬੀਹੇ ਨੂੰ ਭਜਾ ਕੇ ਲਿਜਾਂਦੇ ਆ ਗੇ ਤੇ ਦਵਿੰਦਰ ਬੰਟੀ ਹੁਣਾਂ ਨੂੰ ਮਿਲਦਾ ਗਾ ਬੰਟੀ ਹੁਣਾਂ ਨਾਲ ਸੰਪਰਕ ਕਰਦਾ ਬੰਟੀ ਗੁਰਬਖਸ਼ ਤੇ ਸਰਨੀ ਹੁਣਾਂ ਨਾਲ ਤੇ ਉਹ ਹੈਰਾਨ ਹੋ ਜਾਂਦੇ ਇਸ ਗੱਲ ਤੋਂ ਵੀ ਯਾਰ ਬੰਦਾ ਕਹਿਣੀ ਤੇ ਕਰਨੀ ਦਾ ਪੂਰਾ ਗਾ ਵਾਕਿਆ ਹੀ ਆ ਗਿਆ ਹੁਣ ਮੈਂ ਪਿੰਡ ਦੇ ਵਿੱਚ ਜਦੋਂ ਪਤਾ ਕੀ ਸੇਵੇ ਵਾਲਾ ਪਿੰਡ ਦੇ ਵਿੱਚ ਜਾਂ ਆਸ ਪਾਸ ਜੈਤੋ ਤੋਂ ਜਦੋਂ ਦਵਿੰਦਰ ਬੰਬੀਹਾ ਭੱਜ ਕੇ ਗਿਆ ਸੀ ਜੇਲ੍ਹ ਤੋਂ ਉਦੋਂ ਤੱਕ ਵੀ ਦਵਿੰਦਰ ਦਾ ਕੋਈ ਕ੍ਰਾਈਮ ਨਹੀਂ ਸੀ ਕਿਉਂਕਿ ਉਹਦੇ ਤੇ ਇੱਕੋ ਹੀ ਕੇਸ ਸੀਗਾ ਰਾਜੇ ਜਿਉਣ ਵਾਲੇ ਦਾ ਜਿਹੜਾ ਪਿਆਵਾ ਸੀਗਾ ਜੋ ਅਮਰੀਕ ਦੇ ਹੱਥੋਂ ਮਰਿਆ ਸੀਗਾ ਬਹੁਤ ਉਦੋਂ ਲੋਕ ਇਹ ਸਮਝਦੇ ਸੀਗੇ ਵੀ ਦਵਿੰਦਰ ਕਿਸੇ ਦੀ ਰਿਸ਼ਤੇਦਾਰੀ ਚ ਆਇਆ ਵਾ ਤੇ ਜਿਹੜੇ ਗੁਰਬਖਸ਼ ਉਹਨਾਂ ਦੇ ਕੁਛ ਬੰਦੇ ਆਸ ਪਾਸ ਦੇ ਸੀਗੇ ਤੇ ਉਹ ਜਦੋਂ ਪੁੱਛਦੇ ਸੀ ਵੀ ਆਹ ਮੁੰਡਾ ਕੌਣ ਹੈ ਕਹਿੰਦੇ ਸੀ ਬਾਹਰੋਂ ਆਇਆ ਵਾਗਾ ਬੜਾ ਟੀਨ ਏਜ ਦੀ ਉਮਰ ਸੀਗੀ ਉਹਨਾਂ ਦਿਨਾਂ ਦੇ ਵਿੱਚ ਇਹ ਇਹਨਾਂ ਕੋਲੇ ਗੱਡੀ ਹੁੰਦੀ ਹੈਗੀ ਵਰਨਾ ਤੇ ਮੋਟਰਸਾਈਕਲ ਹੁੰਦੇ ਆ ਇਹ ਦਾਰੂ ਦਾ ਕੰਮ ਕਰਦੇ ਹੁੰਦੇ ਹੈਗੇ ਨਾ ਤਾਂ ਕੋਈ ਕ੍ਰਾਈਮ ਦੀ ਦੁਨੀਆਂ ਦਾ ਬੜਾ ਵੱਡਾ ਰਿਕਾਰਡ ਹੁੰਦਾ ਗਾ ਤੇ ਨਾ ਕੋਈ ਇਹਨਾਂ ਨੂੰ ਪਤਾ ਹੁੰਦਾ ਗਾ ਵੀ ਸਾਡੇ ਕੋਲੇ ਅੱਗੇ ਜਾ ਕੇ ਕਿੱਦਾਂ ਕਿੱਦਾਂ ਦੇ ਸੋਰਸ ਆਉਣਗੇ ਅਸੀਂ ਕਿੱਦਾਂ ਕਿੱਦਾਂ ਕੀ ਤਿਆਰੀ ਕਰਨੀ ਆਪਦੀ 2013 ਦੀ 9 ਅਪ੍ਰੈਲ ਨੂੰ ਰਣਜੀਤ ਸੇਵਾਲੀਆ ਦੀ ਮੌਤ ਹੁੰਦੀ ਹੈਗੀ ਇਹਨਾਂ ਨੇ ਇੱਕ ਸਾਲ ਦਾ ਕਿਹਾ ਸੀ ਵੀ ਅਸੀਂ ਇੱਕ ਸਾਲ ਦੇ ਵਿੱਚ ਬਦਲਾ ਲੈਣਾਗੇ 2014 ਮਾਰਚ ਦਾ ਮਹੀਨਾ ਚੱਲਦਾ ਹੁੰਦਾ ਗਾ 31 ਮਾਰਚ ਦੇ ਦਿਨਾਂ ਦੇ ਵਿੱਚ ਜਿਹੜੇ ਨਾਕੇ ਲੱਗੇ ਹੁੰਦੇ ਆ ਗੇ ਉਸ ਦਿਨ ਦਵਿੰਦਰ ਤੇ ਗੁਰਬਖਸ਼ ਜਾਂਦੇ ਹੁੰਦੇ ਆ ਗੱਡੀ ਦੇ ਵਿੱਚ ਸ਼ਰਾਬ ਪਈ ਹੁੰਦੀ ਹੈ ਨਾਲ ਇਹਨਾਂ ਕੋਲੇ ਅਸਲਾ ਹੁੰਦਾ ਗਾ ਕੋਈ ਜ਼ਿਆਦਾ ਨਹੀਂ ਅਸਲਾ ਇੱਕ ਦੋ ਵੈਪਨ ਹੁੰਦੇ ਆਗੇ ਜੋ ਲੋਕ ਦੱਸਦੇ ਆਗੇ ਅੱਗੇ SDM ਦਾ ਨਾਕਾ ਲੱਗਿਆ ਹੁੰਦਾ ਗਾ ਇਹ ਦੂਰੋਂ ਦੇਖ ਲੈਂਦੇ ਆਗੇ ਤੇ ਵੀ ਨਾਕਾ ਲੱਗਿਆ ਵਾਗਾ ਪੁਲਿਸ ਦਾ ਇਹ ਭੁਲੇਖੇ ਨਾਲ ਹੀ ਗੱਡੀ ਭਜਾ ਲੈਂਦੇ ਆਗੇ ਉੱਥੋਂ ਦੇ ਆਸ ਪਾਸ ਦੀ ਗੱਲ ਹੀ ਆਗੀ ਉੱਥੋਂ ਜਦੋਂ ਭਜਾ ਲੈਂਦੇ ਆਗੇ ਕਿ ਇੱਕ ਖੇਤ ਚ ਗੱਡੀ ਪਾ ਲੈਂਦੇ ਆ ਖੇਤ ਵਾਲੀ ਜਿਵੇਂ ਆਪਾਂ ਪਹੀ ਕਹਿ ਦਿੰਦੇ ਆਗੇ ਉਹ ਖੇਤ ਵਾਲੀ ਪਹੀ ਜਾਂ ਰਾਹ ਬੰਦ ਹੋ ਜਾਂਦਾ ਉੱਥੇ ਇਹ ਗੱਡੀ ਛੱਡ ਕੇ ਭੱਜ ਜਾਂਦੀ ਹੈਗੀ ਫਰਾਰ ਹੋ ਜਾਂਦੇ ਆ ਗੱਡੀ ਦੇ ਵਿੱਚੋਂ ਦਾਰੂ ਬਰਾਮਦ ਹੋ ਜਾਂਦੀ ਆ ਤੇ ਗੱਡੀ ਦੇ ਵਿੱਚੋਂ ਅਸਲਾ ਇੱਕ ਨਿਕਲ ਆਉਂਦਾ ਗਾ ਇਹਨਾਂ ਨੂੰ ਇਹ ਚੀਜ਼ ਕਲੀਅਰ ਹੋ ਜਾਂਦੀ ਆ ਵੀ ਇਹ ਹੁਣ ਆਪਣੇ ਤੇ ਪਰਚਾ ਵੀ ਪੈਣਾ ਗਾ ਸੁਣਨ ਦੇ ਵਿੱਚ ਆਇਆ ਦੂਜੇ ਧੜੇ ਨੂੰ ਵੀ ਇਹ ਗੱਲ ਦਾ ਪਤਾ ਲੱਗ ਗਿਆ ਸੀਗਾ ਇੱਥੇ ਗੁਰਬਖਸ਼ ਉਹਨਾਂ ਦਾ ਪੰਗਾ ਪਿਆ ਗੱਡੀ ਛੱਡ ਕੇ ਭੱਜੇ ਉਹਨਾਂ ਨੇ ਕਹਿੰਦੇ ਪੈਸੇ ਪੂਸੇ ਵੀ ਦੇਤੇ ਸੀ ਵੀ ਗੁਰਬਖਸ਼ ਕਿਸੇ ਹਿਸਾਬ ਨਾਲ ਫਿਰ ਅੰਦਰ ਜਾਵੇ ਜੋ ਗੱਡੀ ਦੇ ਵਿੱਚ ਅਸਲਾ ਗੱਡੀ ਤੇ ਸ਼ਰਾਬ ਸੀ ਉਹ ਪੁਲਿਸ ਜ਼ਬਤ ਕਰ ਲੈਂਦੀ ਹੈ ਪਰ ਬੰਦਾ ਕੋਈ ਨੀ ਮੌਕੇ ਤੋਂ ਫੜਿਆ ਜਾਂਦਾ ਉਸੇ ਦਿਨ ਹੀ ਦਵਿੰਦਰ ਗੁਰਬਖਸ਼ ਨੂੰ ਇਹ ਗੱਲ ਕਹਿੰਦਾ ਗਾ ਵੀ ਹੁਣ ਆਪਣਾ ਪਤਾ ਵੀ ਲੱਗ ਗਿਆ ਪੁਲਿਸ ਆਪਣੇ ਰੇਡਾਂ ਵੀ ਮਾਰੂ ਆਪਣੇ ਤੇ ਉਦੋਂ ਤੱਕ ਕੋਈ ਵੀ ਵੱਡਾ ਕ੍ਰਾਈਮ ਨਹੀਂ ਸੀ ਦਵਿੰਦਰ ਤੇ ਗੁਰਬਖਸ਼ ਦਾ ਦੋਨਾਂ ਦਾ ਹੀ ਵੀ ਹੁਣ ਆਪਾਂ ਜਿਹੜਾ ਕੰਮ ਕਰਨਾ ਗਾ ਸੌ ਦੇ ਦਿਨ ਵੀ ਨੇੜੇ ਆਉਂਦੇ ਆ ਸਾਲ ਦੇ ਵਿੱਚ 8-9 ਦਿਨ ਰਹਿ ਜਾਂਦੇ ਹੁੰਦੇ ਜਾਣੀ ਕਿ 9 ਅਪ੍ਰੈਲ ਨੂੰ ਰਣਜੀਤ ਦਾ ਕਤਲ ਹੋਇਆ ਹੁੰਦਾ ਗਾ ਤਾਂ ਦਵਿੰਦਰ ਕਹਿੰਦਾ ਗਾ ਗੁਰਬਖਸ਼ ਨੂੰ ਵੀ ਮੈਨੂੰ ਉਹ ਪਿਸਤੌਲ ਲਿਆ ਕੇ ਦੇ ਜਿਹੜਾ ਪਿਸਤੌਲ ਰਣਜੀਤ ਸੇਵੇ ਵਾਲਾ ਆਪਦੇ ਕੋਲੇ ਰੱਖਦਾ ਸੀਗਾ ਇਹ ਗੱਲਾਂ ਵਿੱਚ ਜਿਹੜੇ ਸੋਰਸ ਬੈਠੇ ਆ ਅੱਜ ਵੀ ਉਹਨਾਂ ਤੱਕ ਪਹੁੰਚ ਕੇ ਮੈਂ ਗੱਲਾਂ ਪਤਾ ਕੀਤੀਆਂ ਕਿਉਂਕਿ ਇਹ ਨੀਗਾ ਵੀ ਮੈਂ FIR ਰਿਪੋਰਟ ਚੱਕ ਕੇ ਜੋ ਬਣਾਇਆ ਗਿਆ ਉਹ ਪੜਤੀ ਵੀ ਹੱਡ ਬੀਤੀ ਮੈਂ ਸੁਣਾਈ ਆ ਕਹਿੰਦੇ ਵਾਕਿਆ ਗੁਰਬਖਸ਼ ਉਹ ਲੈ ਕੇ ਆਉਂਦਾ ਗੁਰਬਖਸ਼ ਨੂੰ ਪਤਾ ਹੁੰਦਾ ਵੀ ਰਣਜੀਤ ਦਾ ਉਹ ਕਿੱਥੇ ਦੱਬਿਆ ਵਾ ਸੀਗਾ ਰਣਜੀਤ ਦੀ ਮੌਤ ਤੋਂ ਬਾਅਦ ਜਦੋਂ ਕਾਫੀ ਮਹੀਨਿਆਂ ਬਾਅਦ ਉਹ ਕੱਢਿਆ ਜਾਂਦਾ ਗਾ ਵੈਪਨ ਜਮਾ ਜਰ ਲੱਗੀ ਹੁੰਦੀ ਆ ਤੇ ਦਵਿੰਦਰ ਦੀ ITI ਵੀ ਕੀਤੀ ਸੀ ਫਿਲਟਰ ਦੀ ਦਵਿੰਦਰ ਕਹਿੰਦੇ ਉਸ ਵੈਪਨ ਨੂੰ ਖੋਲਦਾ ਗਾ ਪੈਟਰੋਲ ਦੀ ਬੋਤਲ ਨਾਲ ਸਾਫ ਕਰਦਾ ਗਾ ਹੋਰ ਜਿਹੜੇ ਤਰੀਕੇ ਹੁੰਦੇ ਹੈਗੇ ਉਹ ਵਰਤਦਾ ਗਾ ਮਤਲਬ ਵੈਪਨ ਉਹ ਵਧੀਆ ਬਣਾ ਲੈਂਦਾ ਗਾ ਉਦੋਂ ਤੱਕ ਇਹਨਾਂ ਕੋਲੇ ਇੱਕ ਦੋ ਵੈਪਨ ਹੋਰ ਵੀ ਆ ਜਾਂਦੇ ਹੁੰਦੇ ਹੈਗੇ ਫਿਰ ਇਹ ਗੱਲ ਕਰਦੇ ਹੈਗੇ ਵੀ ਹੁਣ ਆਪਾਂ ਜਿਹੜੇ ਕੰਮ ਨੂੰ ਅੰਜਾਮ ਦੇਣਾ ਆਪਾਂ ਅੰਜਾਮ ਦੇ ਦਈਏ ਹੁਣ ਵੀ ਬੜਾ ਟਾਈਮ ਨਾ ਪਾਈਏ ਸਵੇਰੇ ਸਾਜਰੇ ਹੀ ਇਹ
ਤਰੀਕ ਮਾਰਚ ਦੇ ਹੀ ਲਾਸਟ ਦਿਨਾਂ ਦਾ ਇਹ ਹੈਗਾ, ਉਹ ਸ਼ਾਇਦ ਜਿਸ ਦਿਨ ਫੜੇ ਜਾਂਦੇ ਉਸ ਤੋਂ ਅਗਲੇ ਦਿਨ ਦਾ ਗੱਲ, ਸ਼ਾਇਦ ਫੜੇ 30 ਤਰੀਕ ਨੂੰ ਗਏ ਸੀਗੇ 30 ਮਾਰਚ ਨੂੰ, 31 ਮਾਰਚ ਦੀ ਗੱਲ ਆ, ਜਾਂ ਸ਼ਾਇਦ ਫੜੇ ਇਹ 29 ਮਾਰਚ ਨੂੰ ਗਏ ਸੀਗੇ 30 ਦੀ ਗੱਲ ਹੋਣੀ ਹੈਗੀ। ਇਹਨਾਂ ਦੇ ਕੋਲੇ ਪਿੰਡ ਰੋੜੀ ਕਪੂਰਾ ਪੈਂਦਾ, ਉੱਥੇ ਠਹਿਰ ਬਣਾਈ ਵੀ ਸੀਗੀ। ਉੱਥੇ ਸਵੇਰੇ ਸਾਰੇ ਇਹ ਇਕੱਠੇ ਹੁੰਦੇ ਆ, ਦਵਿੰਦਰ ਸਾਰਿਆਂ ਨੂੰ ਉਠਾਉਂਦਾ ਗਾ ਵੀ ਚਲੋ ਅੱਜ ਆਪਾਂ ਆਪਦੇ ਕੰਮ ਨੂੰ ਅੰਜਾਮ ਦੇਈਏ। ਇਹ ਸਵੇਰੇ ਸਾਜਰੇ ਪਿੰਡ ਦੇ ਵਿੱਚ ਆ ਜਾਂਦੇ ਆ ਸੇਵੇਵਾਲਾ। ਸੇਵੇਵਾਲਾ ਪਿੰਡ ਦੇ ਵਿੱਚ ਜਿੰਨੇ ਗੁਰਬਖਸ਼ ਹੋਣੀ, ਸਰਨੀ ਹੋਣੀ, ਬੰਟੀ ਹੋਣੀ ਜਾਂ ਹੋਰ ਵੀ ਸੀਗੇ, ਬੰਟੀ ਹੋਣਾ ਦੇ ਦੋਸਤ, ਉਹਨਾਂ ਨੂੰ ਇਹ ਸਾਰਿਆਂ ਸਾਈਡ ਤੇ ਕਰ ਦਿੰਦੇ ਆ, ਦਵਿੰਦਰ ਤੇ ਰੂਪਾ ਰਮਾਣੇ ਵਾਲਾ, ਕਿਉਂਕਿ ਇਹਨਾਂ ਦੀ ਪਹਿਚਾਣ ਨਹੀਂ ਹੁੰਦੀ ਇਹਨਾਂ ਦੋਨਾਂ ਦੀ। ਇਹ ਸੇਵੇਵਾਲਾ ਪੰਪ ਤੇ ਖੜ ਜਾਂਦੇ ਆ। ਹੁਣ ਕਹਿੰਦੇ ਜਿਹੜਾ ਦੂਸਰੇ ਪਰਿਵਾਰ ਦੇ ਜਿਹੜੇ ਕਤਲ ਹੋਏ ਹੈਗੇ, ਜਿਹੜੇ ਦਵਿੰਦਰ ਨੇ ਪਹਿਲੇ ਕਤਲ ਆਪਣੇ ਹੱਥੀ ਕੀਤੇ ਸੀਗੇ, ਉਹਨਾਂ ਦੇ ਪਰਿਵਾਰ ਦੇ ਬੰਦਿਆਂ ਨੂੰ ਇਹ ਦੂਰੋਂ ਦੇਖ ਲੈਂਦੇ ਹੈਗੇ। ਉਹ ਪੰਪ ਤੋਂ ਉਹਨਾਂ ਦਾ ਖੇਤ ਦਿਸਦਾ ਹੁੰਦਾ ਗਾ ਵੀ ਉਹ ਬੰਦੇ ਕੰਮ ਕਰੀ ਜਾਂਦੇ ਆ ਖੇਤ। ਦਵਿੰਦਰ ਕਹਿੰਦੇ ਉਸ ਟਾਈਮ ਦਵਿੰਦਰ ਤੇ ਰੂਪਾ ਤੁਰੇ ਜਾਂਦੇ ਹੈਗੇ, ਲੋਕ ਆਸ ਪਾਸ ਵੀ ਕੋਈ ਬੈਠੇ ਸੀਗੇ, ਉਹਨਾਂ ਨੂੰ ਇਹ ਹੁੰਦਾ ਗਾ ਵੀ ਇਹ ਕਿਸੇ ਦਾ ਘਰ ਲੱਭ ਰਹੇ ਆ। ਉਹ ਖੇਤੋਂ ਤੁਰਦੇ ਹੈਗੇ, ਦਵਿੰਦਰ ਨੂੰ ਇਸ ਗੱਲ ਦਾ ਪਤਾ ਲੱਗਿਆ ਹੁੰਦਾ ਵੀ ਮੋਟਰਸਾਈਕਲ ਦੇ ਦੋ ਬੰਦੇ ਤੁਰ ਪਏ ਆ। ਉਹ ਆਪਣੇ ਖੇਤ ਵਾਲੀ ਪਹੀ ਤੋਂ ਜਦੋਂ ਰੋਡ ਤੇ ਚੜ੍ਹਦੇ ਹੈਗੇ ਤਾਂ ਦਵਿੰਦਰ ਨਾਮ ਲੈ ਕੇ ਆਵਾਜ਼ ਮਾਰਦਾ ਗਾ, ਕਹਿੰਦੇ ਦਵਿੰਦਰ ਆਵਾਜ਼ ਮਾਰਦਾ ਉਹਨਾਂ ਨੂੰ। ਉਸ ਤੋਂ ਬਾਅਦ ਨਾਲ ਦੀ ਨਾਲ ਦਵਿੰਦਰ ਫਾਇਰ ਮਾਰਦਾ ਗਾ। ਉਹਨਾਂ ਕੋਲ ਵੀ 12 ਰਫਲ ਸੀਗਾ ਜਿਹੜਾ ਮਗਰ ਲਈ ਬੈਠਾ ਸੀ, ਤੇ ਦੂਸਰੇ ਕੋਲੇ ਪਿਸਟਲ ਸੀਗਾ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ। ਦਵਿੰਦਰ ਜਦੋਂ ਮਾਰ ਕੇ ਸਿੱਟ ਲੈਂਦਾ ਗਾ, ਕਈ ਲਾਉਂਦਾ ਗਾ, ਤਾਂ ਇੱਕ ਤਾਂ ਉੱਥੇ ਡਿੱਗ ਪੈਂਦਾ ਗਾ ਤੇ ਇੱਕ ਜਿਹੜਾ ਪਿੱਛੇ ਬੈਠਾ ਹੁੰਦਾ ਗਾ ਉਹ ਭੱਜ ਜਾਂਦਾ ਗਾ, ਤੇ ਦਵਿੰਦਰ ਜਿਹੜਾ ਪਿੱਛੇ ਬੈਠਾ ਹੁੰਦਾ ਗਾ ਉਹਦੇ ਮਗਰ ਜਾ ਕੇ ਕਰਦਾ ਗਾ, ਤੇ ਰੂਪਾ ਕਹਿੰਦੇ ਉੱਥੋਂ ਹੀ ਰਫਲ ਚੱਕਦਾ ਗਾ ਜਿਹੜਾ ਡਿੱਗਿਆ ਪਿਆ ਹੁੰਦਾ ਗਾ, ਉਹਦੇ ਇਕੱਠੇ ਘੋੜੇ ਦੱਬ ਦਿੰਦਾ ਗਾ। ਪਹਿਲਾ ਜਿਹੜਾ ਹੋਇਆ ਸੀਗਾ ਦੋਹਰਾ ਦਵਿੰਦਰ ਨੇ ਆਪਦੇ ਹੱਥੀ ਕੀਤਾ ਸੀਗਾ। ਇਸ ਤੋਂ ਬਾਅਦ ਇਹ ਫਰਾਰ ਹੁੰਦੇ ਹੈਗੇ। ਕਾਫੀ ਟਾਈਮ ਸੁਣਨ ਦੇ ਵਿੱਚ ਆਇਆ, ਮੇਰੇ ਕੁਛ ਮੁਲਾਜ਼ਮ ਦੋਸਤ ਨੇ ਗੇ ਉਹਨਾਂ ਨੇ ਵੀ ਗੱਲਾਂ ਦੱਸੀਆਂ ਵੀ ਰਾਜਸਥਾਨ ਵੱਲ ਇਹ ਜਾਂਦੇ ਹੈਗੇ, ਰਾਜਸਥਾਨ ਵੱਲ ਜਾਂਦੇ ਹੈਗੇ। ਕਹਿੰਦੇ ਇਹਨਾਂ ਨੇ ਆਪਦੀਆਂ 18 ਬਣਾਈਆਂ ਵੀ ਸੀਗੀਆਂ ਪੱਠਿਆਂ ਤੇ ਜਾਂ ਖੇਤਾਂ ਦੇ ਵਿੱਚ। ਕੋਈ ਵੱਡਾ ਲਿੰਕ ਨਹੀਂ ਸੀ, ਕੋਈ ਵੱਡਾ ਸੋਰਸ ਨਹੀਂ ਸੀਗਾ ਇਹਨਾਂ ਕੋਲੇ। ਬਹੁਤ ਸਫ਼ਰ ਇਹਨਾਂ ਨੇ ਬੱਸਾਂ ਤੇ ਵੀ ਕੱਢਿਆ, ਪਰ ਇੱਕ ਰਾਤ ਕਹਿੰਦੇ ਪੱਠੇ ਤੇ ਬੈਠੇ ਹੁੰਦੇ ਹੈਗੇ ਇਹ। ਦਵਿੰਦਰ ਇਹਨਾਂ ਨੂੰ ਛੱਡ ਕੇ ਜਾਂਦਾ ਗਾ। ਤੀਜੇ ਦਿਨ ਬਾਅਦ ਜਦੋਂ ਮਿਲਦਾ ਗਾ ਦਵਿੰਦਰ ਗੱਡੀ ਤੇ, ਸਾਰੇ ਹੈਰਾਨ ਹੁੰਦੇ ਆ ਵੀ ਆਹ ਗੱਡੀ ਕਿੱਥੋਂ, ਕਹਿੰਦਾ ਮੈਂ ਖੋਹ ਲਿਆ ਆ। ਕਹਿਣ ਦਾ ਭਾਵ ਬਹੁਤ ਲੋਕ ਅੱਜ ਵੀ ਕਹਿੰਦੇ ਹੈਗੇ ਗਿੱਲੇ ਕ੍ਰਾਈਮ ਚ ਜਦੋਂ ਦਵਿੰਦਰ ਨੇ ਆਪਦੇ ਹੱਥਾਂ ਨਾਲ ਕੀਤੇ, ਉਸ ਤੋਂ ਬਾਅਦ ਗੱਡੀਆਂ ਜਿਵੇਂ ਖੋਹੀਆਂ, ਉਸ ਤੋਂ ਬਾਅਦ ਫਿਰ ਉਹਦੀ ਲੜੀ ਹੋਈ ਚੱਲ ਪਈ ਵੀ ਉਹਨੇ ਦੇਖਿਆ ਨੀ ਗਾ ਵੀ ਮੈਂ ਕਿੱਧਰ ਨੂੰ ਜਾ ਰਿਹਾ ਜਾਂ ਮੈਂ ਵਾਪਸ ਚਲਿਆ ਜਾਵਾਂਗਾ। ਫਿਰ ਇਹ ਤੋਂ ਬਾਅਦ ਦਵਿੰਦਰ ਦਾ ਲੁਧਿਆਣੇ ਮੁਕਾਬਲਾ ਹੁੰਦਾ। ਇੱਕ ਵਾਰ ਫਿਰ ਲੁਧਿਆਣੇ ਜੇਲ੍ਹ ਦੇ ਵਿੱਚ ਜਾਂਦਾ ਗਾ ਦਵਿੰਦਰ। ਜਦੋਂ ਜੇਲ੍ਹ ਦੇ ਵਿੱਚ ਜਾਂਦਾ ਗਾ ਉਦੋਂ ਦਵਿੰਦਰ ਤੇ ਤਸ਼ੱਦਦ ਬਹੁਤ ਹੁੰਦਾ ਗਾ ਰਿਮਾਂਡ। ਪਰ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ, ਇੱਕ ਦਵਿੰਦਰ ਇਹ ਦੋਸਤਾਂ ਤੋਂ ਬਿਨਾਂ ਵੀ ਇੱਕ ਹੋਰ ਨੂੰ ਅੰਜਾਮ ਦੇਣ ਨੂੰ ਫਿਰਦਾ ਸੀਗਾ, ਜੋ ਕਿ ਰਾਜੀਆਣੇ ਪਿੰਡ ਦੇ ਵਿੱਚ ਉਹਨੇ ਕਰਨਾ ਸੀਗਾ, ਕਿਉਂਕਿ ਜਿਸ ਬੰਦੇ ਨੇ ਦਵਿੰਦਰ ਦੇ ਖਿਲਾਫ ਗਵਾਹੀ ਦਿੱਤੀ ਸੀਗੀ ਉਹ ਫਿਰ ਇਹਨਾਂ ਨੇ ਵੰਡ ਲਏ ਸੀਗੇ। ਸੁਣਨ ਦੇ ਵਿੱਚ ਆਇਆ ਵੀ ਜੇ ਮੈਂ ਤੁਹਾਡਾ ਇਹ ਕੰਮ ਕਰ ਦਿੰਦਾ, ਜੇ ਮੈਂ ਮੈਨੂੰ ਕੁਛ ਹੁੰਦਾ ਤੁਸੀਂ ਮੇਰਾ ਇਹ ਕਰ। ਇਹ ਦਵਿੰਦਰ ਦੇ ਸ਼ੁਰੂਆਤੀ ਦਿਨਾਂ ਦੀ ਕਹਾਣੀ ਹੈਗੀ, ਜਦੋਂ ਉਹ ਦਵਿੰਦਰਜੀਤ ਸਿੱਧੂ ਤੋਂ ਦਵਿੰਦਰ ਬੰਬੀਹਾ ਬਣਿਆ ਸੀਗਾ। ਉਸ ਤੋਂ ਬਾਅਦ ਦਵਿੰਦਰ ਲੁਧਿਆਣੇ ਗਿਆ ਵਾ ਸੀਗਾ, ਜਿਵੇਂ ਮੈਂ ਤੁਹਾਨੂੰ ਦੱਸਿਆ ਗਾ ਕੋਈ ਬਹੁਤ ਵੱਡੇ ਸੋਰਸ ਹੈ ਨਹੀਂ ਸੀਗੇ। ਲੁਧਿਆਣੇ ਦਾ ਪੁਲਿਸ ਨਾਲ ਮੁਕਾਬਲਾ ਹੋ ਜਾਂਦਾ, ਮੁਕਾਬਲੇ ਦੇ ਵਿੱਚ ਦਵਿੰਦਰ ਫੜਿਆ ਜਾਂਦਾ ਗਾ। ਬਹੁਤ ਲੋਕ ਹੈਰਾਨ ਹੁੰਦੇ ਹੈਗੇ ਜੱਟ ਉਹਦੇ ਆਸ ਪਾਸ ਦੇ, ਸੇਵੇਵਾਲਾ ਪਿੰਡ ਦੇ ਆਸ ਪਾਸ ਦੇ, ਵੀ ਇਹ ਮੁੰਡਾ ਉਹ ਆ ਜਿਹੜਾ ਸੇਵੇਵਾਲਾ ਦੇ ਵਿੱਚ ਜਾਮ ਦੇ ਕੇ ਗਿਆ, ਜਿਹਨੂੰ ਅਸੀਂ ਇਹ ਸਮਝਦੇ ਸੀ ਵੀ ਇਹ ਮੁੰਡਾ NRI ਆ, ਇਹ ਮੁੰਡਾ ਬਾਹਰੋਂ ਆਇਆ ਵਾ।
ਸੋ ਤੁਸੀਂ ਇਹ ਦੇਖੋ ਇਸ ਕਹਾਣੀ ਦੇ ਵਿੱਚ। ਅਗਲੀ ਕਹਾਣੀ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਵੀ ਜਦੋਂ ਦਵਿੰਦਰ ਫਿਰ ਦਵਿੰਦਰ ਤੇ ਦੁਬਾਰੇ ਫਿਰ ਤਸ਼ੱਦਦ ਹੁੰਦਾ, ਦਵਿੰਦਰ ਜੇਲ੍ਹ ਚ ਜਾਂਦਾ, ਜੇਲ੍ਹ ਤੋਂ ਬਾਅਦ ਦਵਿੰਦਰ ਫਿਰ ਗੁਗਣੀ ਗਰਿਆਲ ਦੇ ਲਿੰਕ ਦੇ ਵਿੱਚ ਆਉਂਦਾ, ਗੁਗਣੀ ਗਰਿਆਲ ਦੇ ਲਿੰਕ ਤੋਂ ਬਾਅਦ ਕਰਮਵੀਰ ਦੇ ਲਿੰਕ ਚ ਆਉਂਦਾ, ਕਿਵੇਂ ਉਹਦੀਆਂ ਰੌਕੀ ਫਾਜ਼ਿਲਕੇ ਨਾਲ ਮੁਲਾਕਾਤਾਂ ਹੋਈਆਂ ਸੀਗੀਆਂ, ਕੀ ਉਸ ਤੋਂ ਬਾਅਦ ਉਹਨੇ ਘਟਨਾਕ੍ਰਮਾਂ ਨੂੰ ਅੰਜਾਮ ਦਿੱਤੇ। ਇੱਕ ਗੱਲ ਹੋਰ ਬੜੀ ਸੇਵੇਵਾਲਾ ਦੇ ਪਿੰਡ ਦੇ ਵਿੱਚ ਲੋਕਾਂ ਨੇ ਦੱਸੀ ਆ ਵੀ ਦਵਿੰਦਰ ਸ਼ਰਫ ਬਹੁਤ ਸੀਗਾ ਜਦੋਂ ਉਹਨੇ ਸੇਵੇਵਾਲਾ ਦੇ ਅਟੈਕ ਕੀਤਾ ਪਿੰਡ ਦੇ ਵਿੱਚ। ਲੋਕ ਦੱਸਦੇ ਕਿਉਂਕਿ ਲੋਕ ਵੀ ਆਸ ਪਾਸ ਦੇ ਪਿੰਡਾਂ ਕਈ ਬਾਹਰ ਖੜੇ ਸੀਗੇ ਵੀ ਦਵਿੰਦਰ ਨੂੰ ਇੰਨਾ ਪਤਾ ਲੱਗ ਗਿਆ ਸੀ ਵੀ ਉਹਨਾਂ ਨੇ ਰਫਲ ਦਾ ਮੂੰਹ ਕਿੱਧਰ ਨੂੰ ਕਰ ਰੱਖਿਆ ਗਾ ਵੀ ਉਸ ਮੁਤਾਬਕ ਇਹ ਖੜਿਆ ਸੀਗਾ ਵੀ ਈਜ਼ੀ ਤਰੀਕੇ ਨਾਲ ਉਹ ਘੁਮਾ ਨਾ ਸਕਣ। ਕਈ ਗੱਲਾਂ ਹੋਰ ਨੇ ਜੋ ਮੈਂ ਅਗਲੇ ਪਾਰਟ ਦੇ ਵਿੱਚ ਦੱਸੂਗਾ, ਪਰ ਮੇਨ ਕਹਾਣੀ ਦੱਸਣ ਦਾ ਕਾਰਨ ਇਹ ਸੀ ਵੀ ਇੱਕ ਬੰਦਾ ਜਿਸ ਬੰਦੇ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ, ਜੇਲ੍ਹ ਦੇ ਵਿੱਚ ਜਾ ਕੇ ਉਹਨੇ ਆਪਦੀ ਪੂਰੀ ਜ਼ਿੰਦਗੀ ਖਤਮ ਕਰਕੇ ਉਸ ਤੋਂ ਬਾਅਦ ਆਪਦੀ ਨਵੀਂ ਸ਼ੁਰੂਆਤ ਕੀਤੀ, ਜਿਸ ਜ਼ਿੰਦਗੀ ਦੇ ਵਿੱਚ ਨਾ ਕੋਈ ਉਹਨੂੰ ਪਿੱਛੇ ਦਾ ਫਿਕਰ, ਨਾ ਕੋਈ ਉਹਨੂੰ ਰਹਿਮ। ਐਂਡ ਇੱਕ ਗੱਲ ਹੋਰ ਕਹਾਣੀ ਦੇ ਵਿੱਚ ਆਊਗਾ ਵੀ ਜਿੰਨਾ ਟਾਈਮ ਦਵਿੰਦਰ ਜਿਉਂਦਾ ਰਿਹਾ ਉਹਨੇ ਨਾ ਘਰ ਦਾ ਸੋਚਿਆ ਨਾ ਕੋਈ ਜ਼ਿੰਦਗੀ ਦੇ ਵਿੱਚੋਂ ਲਾਲਸਾ ਖੱਟੀ। ਤੇ ਇੱਕ ਤੁਹਾਨੂੰ ਮੈਂ ਹੋਰ ਦੱਸ ਦਾਂਗਾ ਵੀ ਅੱਜ ਤੱਕ ਉਹ ਇੰਟਰਵਿਊ ਕਿਸੇ ਦੇ ਸਾਹਮਣੇ ਨਹੀਂ ਆਈ। ਪੱਤਰਕਾਰ ਆਪਣਾ ਪੰਜਾਬੀ ਉਹਨੇ ਦਵਿੰਦਰ ਬੰਬੀਹਾ ਦੀ ਇੰਟਰਵਿਊ ਕੀਤੀ ਸੀ ਕਿਸੇ ਖੇਤ ਦੇ ਵਿੱਚ, ਦਵਿੰਦਰ ਬੰਬੀਹੇ ਨੂੰ ਮਿਲਿਆ ਸੀਗਾ ਤੇ ਉਹਨੇ ਦਵਿੰਦਰ ਬੰਬੀਹੇ ਨੂੰ ਇਹ ਵੀ ਕਿਹਾ ਸੀਗਾ ਵੀ ਤੈਨੂੰ ਘਰੇ ਮਾਂ ਦੀ ਯਾਦ ਨਹੀਂ ਆਉਂਦੀ, ਕਹਿੰਦਾ ਵੀ ਉਹ ਸਾਰਾ ਕੁਛ ਇਕਦਮ ਜਿਵੇਂ ਪਾਗਲ ਹੋਣ ਵਾਲੀ ਗੱਲ ਸੀ, ਉਹ ਰੋਣ ਲੱਗ ਜਾਂਦਾ। ਦਿਲ ਹਰ ਬੰਦੇ ਦੇ ਵਿੱਚ ਹੁੰਦਾ ਗਾ, ਪਰ ਇੱਕ ਉਸਦੀ ਜਿਹੜੀ ਲਾਈਨ ਸੀ, ਉਸਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸੀ, ਉਹ ਇੰਨਾ ਕੁ ਹਿੱਲ ਗਿਆ ਸੀਗਾ, ਉਹਨੂੰ ਪ੍ਰਸ਼ਾਸਨ ਤੋਂ ਵਿਸ਼ਵਾਸ ਤੋਂ ਉੱਠਿਆ ਸੀ। ਜਦੋਂ ਦੁਬਾਰੇ ਉਹ ਫੜਿਆ ਗਿਆ ਉਹਦੇ ਤੇ ਤਸ਼ੱਦਦ ਬਹੁਤ ਹੋਇਆ ਸੀਗਾ, ਇੱਕ ਵਾਰ ਨਹੀਂ ਕਈ ਵਾਰ ਤਸ਼ੱਦਦ ਹੋਇਆ ਸੀਗਾ, ਉਹਦਾ ਪ੍ਰਸ਼ਾਸਨ ਤੋਂ ਜਮਾਂ ਹੀ ਵਿਸ਼ਵਾਸ ਉੱਠ ਗਿਆ ਸੀ। ਉਸ ਤੋਂ ਬਾਅਦ ਉਹ ਲੋਕ ਦੱਸਦੇ ਆ, ਸ਼ਾਇਦ ਮੈਂ ਹੋ ਸਕੇ ਜਿਵੇਂ ਮੈਂ ਪਹਿਲੇ ਪਾਰਟ ਚ ਵੀ ਕਿਹਾ ਸੀ, ਮੈਂ ਦਵਿੰਦਰ ਬੰਬੀਹੇ ਦੀ ਮਾਤਾ ਜੀ ਨਾਲ ਇੰਟਰਵਿਊ ਜ਼ਰੂਰ ਕਰਨੀ ਹੈਗੀ ਤੇ ਉਹਨਾਂ ਤੋਂ ਪੁੱਛਣਾ ਗਾ ਕਈ ਗੱਲਾਂ ਜੋ ਉਹਨਾਂ ਦੇ ਮੂੰਹੋਂ ਸੁਣਨੀਆਂ ਨੇਗੀਆਂ ਵੀ ਉਹਦੀ ਜਿਹੜੀ ਜ਼ਿੰਦਗੀ ਸੀਗੀ ਇਸ ਤੋਂ ਆਉਣ ਤੋਂ ਪਹਿਲਾਂ ਉਹ ਕਿੱਦਾਂ ਦੀ ਸੀ, ਕਿਉਂਕਿ ਉਹ ਸਾਰਿਆਂ ਨਾਲੋਂ ਬਿਹਤਰ ਜਾਣਦੇ ਹੈਗੇ। ਉਸ ਤੋਂ ਬਾਅਦ ਉਹ ਇੰਨਾ ਕੁ ਬਦਲ ਗਿਆ, ਉਸ ਨੇ ਸਰੈਂਡਰ ਕਰਨ ਦੀ ਬਜਾਏ ਮੌਤ ਨੂੰ ਗੱਲ ਲਾਉਣ ਬਿਹਤਰ ਸਮਝਿਆ, ਕਿਉਂਕਿ ਇੱਕ ਤੁਸੀਂ ਇੱਕ ਨਿੱਜੀ ਚੈਨਲ ਤੇ ਇੱਕ ਸਵਪਨ ਸ਼ਰਮਾ ਜੀ ਦੀ ਇੰਟਰਵਿਊ ਵੀ ਪਈ ਆ, ਤੁਸੀਂ ਦੇਖਿਆ ਹੋਊਗਾ, ਉਹਨਾਂ ਨੇ ਵੀ ਇਹ ਗੱਲ ਕਹੀ ਆ ਵੀ ਉਹ ਬੜਾ ਸ਼ਾਰਪ ਸੀਗਾ ਤੇ ਸਾਨੂੰ ਇੱਕ ਰਾਤ ਪਹਿਲਾਂ ਪਤਾ ਲੱਗ ਗਿਆ ਸੀ। ਇਹ ਸਾਰੀਆਂ ਗੱਲਾਂ ਮੈਂ ਅਗਲੇ ਐਪੀਸੋਡ ਦੇ ਵਿੱਚ ਦੱਸੂਗਾ ਵੀ ਕਿਵੇਂ ਉਹਦੀ ਪੁਲਿਸ ਵਾਲੇ ਨਾਲ ਬਹਿਸ ਹੁੰਦੀ ਆ, ਜਿਸ ਰਾਤ ਪੁਲਿਸ ਵਾਲਾ ਕਹਿੰਦਾ ਵੀ ਮੈਂ DSP ਆ ਤੇ ਉਹ ਕਹਿੰਦਾ ਮੈਂ ਦਵਿੰਦਰ ਆ, ਫਿਰ ਦਵਿੰਦਰ ਦਾ ਪ੍ਰੋਪਰ ਪਤਾ ਲੱਗਦਾ ਕੌਣ ਚੋਲੀ ਕਰਦਾ ਗਾ, ਕਿਸ ਦੇ ਕਾਰਨ ਦਵਿੰਦਰ ਦਾ ਨੁਕਸਾਨ ਹੁੰਦਾ, ਤੇ ਮੈਂ ਬੰਟੀ ਜੈਮਪੀ ਨਿਸ਼ਾਨ ਹੋਣਾ ਬਾਰੇ ਵੀ ਜ਼ਰੂਰ ਦੱਸੂਗਾ। ਬਾਕੀ ਤੁਹਾਨੂੰ ਕਹਾਣੀ ਦੇ ਵਿੱਚ ਜਿੰਨੀਆਂ ਗੱਲਾਂ ਮੈਨੂੰ ਜ਼ਮੀਨੀ ਪੱਧਰ ਦੇ ਪਤਾ ਲੱਗੀਆਂ ਨੇ ਮੈਂ ਤੁਹਾਡੇ ਸਾਹਮਣੇ ਰੱਖੀਆਂ ਤਾਂ ਵਧੀਆ ਲੱਗੀਆਂ, ਸ਼ੇਅਰ ਜ਼ਰੂਰ ਕਰਿਓ। ਜਿਵੇਂ ਲਾਸਟ ਦੇ ਇੱਕ ਮੈਸੇਜ ਹੁੰਦਾ ਗਾ ਵੀ ਹੋ ਸਕੇ ਇਹ ਟਰਨਿੰਗ ਪੁਆਇੰਟ ਕਿਸੇ ਦੀ ਜ਼ਿੰਦਗੀ ਦੇ ਵਿੱਚ ਨਾ ਹੋਣ, ਮੈਂ ਇਹੀ ਅਰਦਾਸ ਕਰੂੰਗਾ, ਪਰ ਜੇ ਕੋਈ ਆਮ ਰੌਲੇ ਹੁੰਦੇ ਆ ਨਾ, ਕੋਈ ਰਾਹ ਨਾ ਬਚੇ ਤਾਂ ਗੁਰੂ ਸਾਹਿਬ ਨੇ ਵੀ ਕਿਹਾ ਵੀ ਹਥਿਆਰ ਚੱਕ ਲੈਣੇ ਚਾਹੀਦੇ ਆ, ਪਰ ਜਿਹੜੇ ਆਮ ਰੌਲੇ ਹੁੰਦੇ ਆ ਕੋਸ਼ਿਸ਼ ਕਰਿਆ ਕਰੋ ਉਹਨਾਂ ਨੂੰ ਤੁਸੀਂ ਟੇਬਲ ਟਾਕ ਤੇ ਬੈਠ ਕੇ ਹੀ ਖਤਮ ਕਰ ਸਕੋ। ਜੇ ਤੁਹਾਡਾ ਕਿਸੇ ਨਾਲ ਰੌਲਾ ਗਾ ਤੁਸੀਂ ਆਪ ਉਸ ਰੌਲੇ ਨੂੰ ਨਜਿੱਠੋ, ਕਿਉਂਕਿ ਤੁਹਾਨੂੰ ਐਕਸਪੀਰੀਅੰਸ ਵੀ ਹੋਊਗਾ ਰੌਲਿਆਂ ਨੂੰ ਨਜਿੱਠਣ ਦਾ। ਜਿੰਨੇ ਤੁਸੀਂ ਰੌਲਿਆਂ ਦੇ ਵਿੱਚ ਮੈਂਬਰ ਐਡ ਕਰੋਗੇ ਉਹਨਾਂ ਨੇ ਤੀਲੀ ਲਾ ਕੇ ਸਾਈਡ ਹੀ ਹੋਣਾ ਹੁੰਦਾ, ਸੋ ਰੌਲੇ ਉਸ ਤੋਂ ਵੱਧ ਜਾਂਦੇ ਹੈਗੇ। ਸੋ ਇਹ ਗੱਲਾਂ ਜਿਹੜੀਆਂ ਫੋਕੀਆਂ ਨੇਗੀਆਂ ਵੀ ਕੌਣ ਕਿਸੇ ਬਾਰੇ ਕੀ ਕਹਿੰਦਾ, ਕੌਣ ਕਿਸੇ ਬਾਰੇ ਕਿੱਦਾਂ ਦੇਖਦਾ, ਇਹਨੂੰ ਛੱਡ ਕੇ ਆਪੋ ਆਪਣੇ ਕੰਮਾਂ ਦੇ ਵਿੱਚ ਧਿਆਨ ਦਿਓ। ਬਾਕੀ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ, ਲਾਈਕ ਕਮੈਂਟ ਤਦ ਤੱਕ ਲਈ ਧੰਨਵਾਦ।